ਪੰਜਾਬੀ ਸਿਨੇ ਫਾਰ ਯੂ ਦੇ ਦਰਸ਼ਨ ਨਿੱਘਾ ਸਵਾਗਤ ਦੋਸਤੋ, ਮੈਂ ਹਾਂ ਭੀਮ ਰਾਏ ਗਰਗ ਤੇ ਮੈਂ ਅੱਜ ਤੁਹਾਡੇ ਨਾਲ ਗੱਲਾਂ ਕਰਾਂਗਾ ਭਾਰਤੀ ਸਿਨੇਮੇ ਦੀ ਸੀਨੀਅਰ ਮੋਸਟ ਅਦਾਕਾਰਾ ਕਾਮਨੀ ਕੌਸ਼ਲ ਜੀ ਦੀਆਂ। ਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ। ਕਾਮਨੀ ਕੌਸ਼ਲ ਉਹਨਾਂ ਅਭਿਨੇਤਰੀਆਂ ਵਿੱਚ ਸ਼ੁਮਾਰ ਕਰਦੀ ਹੈ ਜਿਹੜੀਆਂ ਕੁਲੀਨ ਪਰਿਵਾਰਾਂ ਤੋਂ ਆਈਆਂ ਸਨ ਤੇ ਬਹੁਤ ਜ਼ਿਆਦਾ ਪੜ੍ਹੀਆਂ ਲਿਖੀਆਂ ਸਨ। ਕਾਮਨੀ ਕੌਸ਼ਲ ਨੇ ਆਪਣੇ ਸੰਜੀਦਾ ਤੇ ਮਜ਼ਾਹੀਆ ਰੋਲਸ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਲਿੱਤਾ ਸੀ। ਉਹਨੇ ਰਾਜ ਕਪੂਰ, ਦਿਲੀਪ ਕੁਮਾਰ ਤੇ ਦੇਵਾਨੰਦ ਦੀ ਟਿਕਟੀ ਦੇ ਨਾਲ ਕੈਲੀਡੋਸਕੋਪਿਕ ਇਨਿੰਗਸ ਖੇਡੀਆਂ ਹਨ। ਕਾਮਨੀ ਕੌਸ਼ਲ ਨੂੰ ਫਿਲਮ ਫੇਅਰ ਦੇ ਇਨਾਗੁਰਲ ਅੰਕ 7 ਮਾਰਚ 1952 ਦੀ ਕਵਰ ਗਰਲ ਹੋਣ ਦਾ ਫਖਰ ਹਾਸਿਲ ਹੈ। ਫਿਲਮ ਫੇਅਰ ਅਵਾਰਡ ਵੇਲੇ ਦਿੱਤੀ ਜਾਣ ਵਾਲੀ ਬਲੈਕ ਲੇਡੀ ਦੇ ਜਿਹੜੇ ਕਵਰ ਹੈ ਉਹ ਕਾਮਨੀ ਕੌਸ਼ਲ ਦੇ ਕਵਰ ਨਾਲ ਮੇਲ ਖਾਂਦੇ ਹਨ। ਲਾਹੌਰ ਦੇ ਸੱਭਿਆਚਾਰਕ ਫਿਰਦੌਸ ਨੇ ਕਾਮਨੀ ਕੌਸ਼ਲ ਦੇ ਵਿਚਾਰਾਂ ਨੂੰ ਇੰਦਰਤੁਨਸ਼ੀ ਰੰਗਾਂ ਨਾਲ ਉਕੇਰਿਆ ਸੀ। ਲਤਾ ਮੰਗੇਸ਼ਕਰ ਨੇ ਪਹਿਲੀ ਵਾਰੀ ਕਿਸੇ ਹੀਰੋਇਨ ਲਈ ਆਵਾਜ਼ ਦਿੱਤੀ ਤਾਂ ਉਹ ਕਾਮਨੀ ਕੌਸ਼ਲ ਸੀ। ਫਿਲਮ ਸੀ ਜ਼ਿੱਦੀ ਤੇ ਗਾਣਾ ਸੀ ਚੰਦਾ ਰੇ ਜਾ ਰੇ। ਮੈਨੂੰ ਕੁਛ ਸਾਲ ਪਹਿਲਾਂ ਇਸ ਹੁਸਨ ਦੀ ਦੇਵੀ ਨੂੰ ਉਹਨਾਂ ਦੇ ਦੱਖਣੀ ਬੰਬੇ ਦੇ ਫਲੈਟ ਮਾਲਾਬਾਰ ਹਿਲ ਮਿਲਣ ਦਾ ਮੌਕਾ ਮਿਲਿਆ। ਜਦੋਂ ਤੁਸੀਂ ਉਹਨਾਂ ਦੇ ਕਾਰ ਐਂਟਰ ਕਰਦੇ ਹੋ ਤਾਂ ਟੈਰਸ ਦੇ ਉੱਤੇ ਤੁਹਾਨੂੰ ਵੱਖ ਵੱਖ ਤਰ੍ਹਾਂ ਦੇ ਪੇੜ ਪੌਦੇ, ਬੇਲ ਬੂਟੇ ਨਜ਼ਰ ਆਉਂਦੇ ਹਨ। ਉਹਨਾਂ ਉੱਤੇ ਚਹਿਕ ਦੇ ਪੰਛੀ ਤੁਹਾਡਾ ਮਨ ਮੋਹ ਲੈਂਦੇ ਹਨ। ਜਦੋਂ ਤੁਸੀਂ ਡਰਾਇੰਗ ਰੂਮ ਦੇ ਵਿੱਚ ਐਂਟਰ ਕਰਦੇ ਹੋ ਤਾਂ ਤੁਹਾਨੂੰ ਸੋਫੇ ਤੇ ਬੈਠੀਆਂ ਹੋਈਆਂ ਕਠਪੁਤਲੀਆਂ, ਗੁੱਡੇ ਗੁੱਡੀਆਂ ਸਵਾਗਤ ਕਰਦੇ ਹਨ। ਖਿੜੇ ਮੱਥੇ ਨਾਲ ਕਾਮਨੀ ਕੌਸ਼ਲ ਤੁਹਾਨੂੰ ਜੀ ਆਇਆਂ ਕਹਿੰਦੀ ਹੈ। ਆਓ ਅੱਜ ਅਸੀਂ ਉਹਨਾਂ ਦੇ ਜੀਵਨ ਦੇ ਝਾਤ ਮਾਰੀਏ। ਉਮਾ ਕਸ਼ਯਪ ਯਾਨੀ ਕਾਮਨੀ ਕੌਸ਼ਲ ਦਾ ਜਨਮ 24 ਫਰਵਰੀ 1927 ਨੂੰ ਲਾਹੌਰ ਦੇ ਦੁਬਰਜੀ ਇਲਾਕੇ ਚ ਹੋਇਆ ਸੀ। ਉਹਨਾਂ ਦੇ ਪਿਤਾ ਰਾਏ ਬਹਾਦੁਰ ਸ਼ਿਵ ਰਾਮ ਕਸ਼ਯਪ ਬੋਟਨੀ ਦੇ ਪ੍ਰੋਫੈਸਰ ਸਨ ਤੇ ਉਹ ਗੌਰਮੈਂਟ ਕਾਲਜ ਲਾਹੌਰ ਵਿੱਚ ਪੜ੍ਹਾਉਂਦੇ ਸਨ। ਉਹਨਾਂ ਨੂੰ ਭਾਰਤੀ ਬੋਟਨੀ ਦਾ ਮੁੱਢ ਵੀ ਕਿਹਾ ਜਾਂਦਾ ਸੀ। ਉਹ ਦੋ ਭਰਾਵਾਂ ਤੇ 3 ਭੈਣਾਂ ਦੀ ਸਭ ਤੋਂ ਛੋਟੀ ਲਾਡਲੀ ਧੀ ਸੀ। ਜਦੋਂ 6 ਸਾਲ ਦੀ ਹੋਈ ਤਾਂ ਕਾਮਨੀ ਕੌਸ਼ਲ ਦੇ ਸਿਰ ਤੋਂ ਉਹਦੇ ਪਿਤਾ ਦਾ ਸਾਇਆ ਉੱਠ ਗਿਆ ਤੇ ਪਰਿਵਾਰ ਦੇ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਵੱਡੇ ਭਰਾ ਕੇਦਾਰਨਾਥ ਕਸ਼ਯਪ ਤੇ ਆ ਗਈ। ਉਹ ਇੱਕ ਸਰਜਨ ਸਨ ਤੇ ਲੰਡਨ ਦੇ ਵਿੱਚ ਹਾਈ ਕਮਿਸ਼ਨ ਦੇ ਮੈਡੀਕਲ ਐਡਵਾਈਜ਼ਰ ਸਨ। ਉਮਾ ਕਸ਼ਯਪ ਨੇ ਆਪਣੀ ਮੁੱਢਲੀ ਸਿੱਖਿਆ ਲਾਹੌਰ ਦੇ ਲੇਡੀ ਮੈਕਲੈਗਨ ਗਰਲਜ਼ ਹਾਈ ਸਕੂਲ ਤੋਂ ਕੀਤੀ ਸੀ। ਜਦੋਂ 5ਵੀਂ ਕਲਾਸ ਪੜ੍ਹਦੀ ਸੀ ਤਾਂ ਉਹਨੇ ਤਿੱਲੀਆਂ ਭਰ ਭਰ ਕੇ ਇੱਕ ਉੱਠ ਦਾ ਮਾਡਲ ਬਣਾਇਆ ਸੀਗਾ ਤੇ ਉਹਨੂੰ ਕ੍ਰਾਸ ਦੇ ਵਿੱਚ ਬੈਸਟ ਪ੍ਰਾਈਜ਼ ਮਿਲਿਆ ਸੀਗਾ। ਉਹਨੂੰ ਸ਼ੁਰੂ ਤੋਂ ਹੀ ਤੈਰਾਕੀ, ਘੋੜਸਵਾਰੀ ਤੇ ਸਾਈਕਲਿੰਗ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ। ਉਹ ਰੇਡੀਓ ਪ੍ਰੋਗਰਾਮ ਵਿੱਚ ਹਿੱਸਾ ਲੈਂਦੀ ਸੀ ਤੇ ਸਾਲ 1937 ਤੋਂ ਲੈ ਕੇ 1940 ਤੱਕ ਆਲ ਇੰਡੀਆ ਰੇਡੀਓ ਲਾਹੌਰ ਤੋਂ ਉਹਦੇ ਕਾਫੀ ਪ੍ਰੋਗਰਾਮ ਪ੍ਰਸਾਰਿਤ ਹੋਏ ਸਨ। ਉਹ ਬੱਚਿਆਂ ਦੇ ਪ੍ਰੋਗਰਾਮ ਦੀ ਜ਼ੀਨਤ ਬਣ ਗਏ ਸੀ। ਇੱਕ ਵਾਰੀ ਚੇਤਨ ਆਨੰਦ ਨੇ ਉਹਨਾਂ ਦੇ ਰੇਡੀਓ ਨਾਟਕ ਨੂੰ ਸੁਣਿਆ ਤੇ ਉਹਨੇ ਆਪਣੇ ਆਉਣ ਵਾਲੀ ਫਿਲਮ ਦੇ ਵਿੱਚ ਕੰਮ ਕਰਨ ਦੀ ਆਫਰ ਦਿੱਤੀ। ਫਿਲਮ ਸੀ ਨੀਚਾ ਨਗਰ, ਪਰ ਇਸ ਸਿੱਲੀ ਗਰਲ ਨੇ ਉਹ ਆਫਰ ਮਨਾ ਕਰ ਦਿੱਤੀ। ਜਦੋਂ ਉਹਦੇ ਭਰਾ ਨੇ ਇਹਨੂੰ ਕਿਹਾ ਕਿ ਤੂੰ ਫਿਲਮਾਂ ਨਾਲ ਵੀ ਐਕਸਪੈਰੀਮੈਂਟ ਕਰ ਤਾਂ ਇਹ ਬੜੇ ਅਣਮਨੇ ਮਨ ਨਾਲ ਹਾਂ ਕਰ ਦਿੱਤੀ ਤੇ ਬੰਬੇ ਆ ਕੇ ਇਸ ਫਿਲਮ ਦੀ ਸ਼ੂਟਿੰਗ ਕੀਤੀ। ਇਸ ਫਿਲਮ ਦੇ ਵਿੱਚ ਚੇਤਨ ਆਨੰਦ ਦੀ ਪਤਨੀ ਉਮਾ ਆਨੰਦ ਵੀ ਕੰਮ ਕਰ ਰਹੀ ਸੀ ਤੇ ਇਸ ਕਰਕੇ ਚੇਤਨ ਆਨੰਦ ਨੇ ਉਮਾ ਕਸ਼ਯਪ ਦਾ ਨਾਮ ਬਦਲ ਕੇ ਕਾਮਨੀ ਕੌਸ਼ਲ ਰੱਖ ਦਿੱਤਾ ਤੇ ਇਹ ਨਾਂ ਕਾਫੀ ਕਾਮਯਾਬ ਰਿਹਾ। ਫਿਲਮ ਨੀਚਾ ਨਗਰ ਦੀ ਕਹਾਣੀ ਰੂਸੀ ਨਾਟਕਕਾਰ ਮੈਕਸੀ ਗੋਰਕੀ ਦੀ ਕਹਾਣੀ ਦਾ ਲੋਅਰ ਡੈਥ ਤੇ ਅਧਾਰਿਤ ਸੀ ਤੇ ਇਸ ਫਿਲਮ ਦੇ ਵਿੱਚ ਗਰੀਬ ਤੇ ਅਮੀਰ ਦੇ ਪਾੜੇ ਨੂੰ ਦਰਸਾਇਆ ਗਿਆ ਸੀਗਾ। ਇਹ ਫਿਲਮ ਕਾਫੀ ਮਸ਼ਹੂਰ ਹੋਈ, ਇੱਥੋਂ ਤੱਕ ਕਿ ਇਹਨੂੰ ਪਹਿਲੇ ਕਾਂਸ ਫੈਸਟੀਵਲ ਦੇ ਵਿੱਚ ਗੋਲਡਨ ਪਾਮ ਦਾ ਅਵਾਰਡ ਦਿੱਤਾ ਗਿਆ ਸੀਗਾ। ਇਸ ਫਿਲਮ ਨੂੰ ਕਰਦਿਆਂ ਹੋਇਆ ਕਾਮਨੀ ਕੌਸ਼ਲ ਨੂੰ ਕੋਈ ਮੁਸ਼ਕਲਾਂ ਪੇਸ਼ ਨਹੀਂ ਆਈਆਂ ਕਿਉਂਕਿ ਉਹ ਪਹਿਲੇ ਹੀ ਰੇਡੀਓ ਨਾਟਕਾਂ ਵਿੱਚ ਹਿੱਸਾ ਲੈਂਦੀ ਸੀ ਤੇ ਇਸ ਕਰਕੇ ਉਹਨੂੰ ਐਕਟਿੰਗ ਦੇ ਵਿੱਚ ਬੜਾ ਮਜ਼ਾ ਆਇਆ। ਹਾਲਾਂਕਿ ਮੇਕਅਪ ਜਿਹੜਾ ਕੀਤਾ ਗਿਆ ਸੀਗਾ ਉਹ ਤੋਂ ਇਹ ਬੜੀ ਦੁਖੀ ਹੋ ਗਈ ਸੀ। ਇਹ ਫਿਲਮ ਕਰਨ
ਤੋਂ ਬਾਅਦ ਵਾਪਸ ਆਪਣੇ ਲਾਹੌਰ ਪਰਤ ਆਏ ਸੀਗੇ। ਫਿਲਮ ਨੀਚਾ ਨਗਰ ਤੋਂ ਪਹਿਲਾਂ ਕਾਮਨੀ ਕੌਸ਼ਲ ਨੇ ਇੱਕ ਸ਼ਾਰਟ ਫਿਲਮ ਦਾ ਟ੍ਰੈਜਡੀ ਵਿੱਚ ਵੀ ਕੰਮ ਕੀਤਾ ਸੀ। ਇਹ ਫਿਲਮ ਉਸਦੇ ਵੱਡੇ ਭਰਾ ਕੇ.ਐਨ. ਕਸ਼ਯਪ ਨੇ ਬਣਾਈ ਸੀ ਤੇ ਇੱਕ ਮਜ਼ੇਦਾਰ ਕਾਮੇਡੀ ਸੀ ਜਿਹਦੇ ਵਿੱਚ ਕਾਮਨੀ ਕੌਸ਼ਲ ਨੂੰ ਬਤੌਰ ਪੁਨਿਸ਼ਮੈਂਟ ਇੱਕ ਖਰਗੋਸ਼ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਉਹਦੀਆਂ ਹਰਕਤਾਂ ਤੇ ਗੱਲਬਾਤਾਂ ਨੂੰ ਸੁਣ ਕੇ ਦਰਸ਼ਕਾਂ ਦੇ ਢਿੱਡਾਂ ਦੇ ਵਿੱਚ ਪੀੜਾਂ ਪੈ ਜਾਂਦੀਆਂ ਸਨ। ਕਾਮਨੀ ਕੌਸ਼ਲ ਨੇ ਲਾਹੌਰ ਦੇ ਕਿਨਿਅਡ ਕਾਲਜ ਤੋਂ ਬੀਏ ਦੀ ਡਿਗਰੀ ਅੰਗਰੇਜ਼ੀ ਸਾਹਿਤ ਵਿੱਚ ਹਾਸਲ ਕੀਤੀ ਸੀ। ਸਾਲ 1947 ਦੇ ਵਿੱਚ ਉਹਦੀ ਵੱਡੀ ਭੈਣ ਊਸ਼ਾ ਦਾ ਇੱਕ ਕਾਰ ਐਕਸੀਡੈਂਟ ਦੌਰਾਨ ਇੰਤਕਾਲ ਹੋ ਜਾਂਦਾ ਹੈ। ਦੋ ਛੋਟੀ ਬੱਚੀਆਂ ਕੁਮਕੁਮ ਤੇ ਕਵਿਤਾ ਦੀ ਪਾਲਣ ਪੋਸ਼ਣ ਜ਼ਿੰਮੇਵਾਰੀ ਕਾਮਨੀ ਕੌਸ਼ਲ ਤੇ ਆ ਜਾਂਦੀ ਹੈ। ਕਾਮਨੀ ਕੌਸ਼ਲ ਨੇ ਉਹਨਾਂ ਦੀ ਦੇਖਭਾਲ ਵਾਸਤੇ ਆਪਣਾ ਵਿਆਹ ਆਪਣੇ ਜੀਜੇ ਬ੍ਰਹਮਸੂਪ ਸੂਦ ਨਾਲ ਕਰਵਾ ਲਿੱਤਾ ਤੇ ਉਹ ਲਾਹੌਰ ਤੋਂ ਬੰਬੇ ਆ ਗਏ। ਕਾਮਨੀ ਕੌਸ਼ਲ ਨੂੰ ਹਾਲੀਵੁੱਡ ਦੀਆਂ ਫਿਲਮਾਂ, ਖਾਸ ਕਰਕੇ ਸ਼ਰਲੇ ਟੈਂਪਲ ਦੀਆਂ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਸੀਗਾ। ਉਹਨੇ ਹਿੰਦੀ ਦੀਆਂ ਕੋਈ 5 ਫਿਲਮਾਂ ਦੇਖੀਆਂ ਸਨ ਜਿਨ੍ਹਾਂ ਦੇ ਵਿੱਚ ਰਾਮ ਸ਼ਾਸਤਰੀ ਇੱਕ ਸੀ, ਜਿਹਨੂੰ ਗਜਾਨੰਦ ਜਗੀਰਦਾਰ ਨੇ ਬਣਾਇਆ ਸੀ। ਜਗੀਰਦਾਰ ਨੇ ਜਦੋਂ ਆਪਣੀ ਨਵੀਂ ਫਿਲਮ ਜੇਲ੍ਹ ਯਾਤਰਾ ਸ਼ੁਰੂ ਕੀਤੀ ਤਾਂ ਉਹਨੇ ਕਾਮਨੀ ਕੌਸ਼ਲ ਨੂੰ ਬਤੌਰ ਹੀਰੋਇਨ ਸਾਈਨ ਕਰ ਲਿੱਤਾ। ਇਸ ਫਿਲਮ ਦੇ ਵਿੱਚ ਕਾਮਨੀ ਦੇ ਹੀਰੋ ਰਾਜ ਕਪੂਰ ਸਨ। ਉਹ ਕਾਮਨੀ ਦੀ ਫਿਲਮਾਂ ਪ੍ਰਤੀ ਲਗਨ ਤੇ ਜਜ਼ਬੇ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੇ ਬੈਨਰ ਦੀ ਪਹਿਲੀ ਫਿਲਮ ਆਗ ਦੇ ਵਿੱਚ ਵੀ ਇਹਨੂੰ ਬਤੌਰ ਮੁੱਖ ਕਲਾਕਾਰ ਲੈ ਲਿੱਤਾ ਸੀਗਾ। ਫਿਲਮ ਆਗ ਦੇ ਵਿੱਚ ਕਾਮਨੀ ਕੌਸ਼ਲ ਨੇ ਇੱਕ ਸੰਜੀਦਾ ਰੋਲ ਕੀਤਾ ਸੀਗਾ ਨਿਰਮਲਾ ਦਾ, ਤੇ ਉਹ ਦੀ ਜਿਹੜੀ ਅਦਾਇਗੀ ਸੀ ਉਹਨੂੰ ਦਰਸ਼ਕਾਂ ਨੇ ਤੇ ਆਲੋਚਕਾਂ ਨੇ ਬਹੁਤ ਪਸੰਦ ਕੀਤਾ ਸੀਗਾ। ਤੋ ਇਸ ਤੋਂ ਬਾਅਦ ਕਾਮਨੀ ਕੌਸ਼ਲ ਨੂੰ ਬਹੁਤ ਸਾਰੀ ਫਿਲਮਾਂ ਦੇ ਆਫਰ ਆ ਗਏ। ਸਾਲ 1947 ਦੇ ਵਿੱਚ ਇੱਕ ਹੋਰ ਫਿਲਮ ਆਈ ਸੀ ਦੋ ਭਾਈ, ਉਹਦਾ ਇੱਕ ਗਾਣਾ ਸੀਗਾ ਮੇਰਾ ਸੁੰਦਰ ਸੁਪਨਾ ਬੀਤ ਗਿਆ, ਤੇ ਇਹਦੇ ਵਿੱਚ ਵੀ ਉਹਨੇ ਇੱਕ ਸੰਜੀਦਾ ਰੋਲ ਕੀਤਾ ਸੀਗਾ। ਸਾਲ 1947 ਦੇ ਵਿੱਚ ਕਾਮਨੀ ਕੌਸ਼ਲ ਦੀਆਂ ਦੋ ਬਹੁਤ ਇੰਪੋਰਟੈਂਟ ਫਿਲਮਾਂ ਰਿਲੀਜ਼ ਹੋਈਆਂ ਸਨ। ਪਹਿਲੀ ਫਿਲਮ ਸੀ ਸ਼ਹੀਦ ਤੇ ਦੂਜੀ ਨਦੀਆ ਕੇ ਪਾਰ। ਇਹਨਾਂ ਦੋਨਾਂ ਫਿਲਮਾਂ ਦੇ ਵਿੱਚ ਉਹਦੇ ਹੀਰੋ ਦਲੀਪ ਕੁਮਾਰ ਸਨ। ਫਿਲਮ ਸ਼ਹੀਦ ਦਾ ਹੀਰੋ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਵਿੱਚ ਲੜਦਾ ਹੋਇਆ ਸ਼ਹੀਦ ਹੋ ਜਾਂਦਾ ਹੈ ਤੇ ਆਪਣੇ ਪਿਆਰ ਨੂੰ ਅਮਰ ਕਰਨ ਵਾਸਤੇ ਕਾਮਨੀ ਕੌਸ਼ਲ ਵੀ ਉਹਦੀ ਅਰਥੀ ਤੇ ਡਿੱਗ ਕੇ ਆਪਣੇ ਪ੍ਰਾਣ ਤਿਆਗ ਦਿੰਦੀ ਹੈ। ਇਸ ਫਿਲਮ ਦੇ ਵਿੱਚ ਇੱਕ ਸੁੰਦਰ ਕੌਰ ਦਾ ਗਾਇਆ ਗਾਣਾ ਬਹੁਤ ਹਿੱਟ ਹੋਇਆ ਸੀਗਾ, ਜਿਹੜਾ ਕਾਮਨੀ ਕੌਸ਼ਲ ਤੇ ਫਿਲਮ ਆਇਆ ਗਿਆ ਸੀਗਾ ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ। ਫਿਲਮ ਨਦੀਆ ਕੇ ਪਾਰ ਦੇ ਵਿੱਚ ਵੀ ਅਮੀਰ ਤੇ ਗਰੀਬ ਦੀ ਜਿਹੜੀ ਪਾੜ ਹੈ ਉਹਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੋਨੋਂ ਪ੍ਰੇਮੀ ਜਿਹੜੇ ਕਾਮਦੇਵ ਸਰੂਪ ਹੁੰਦੇ ਹਨ ਤੇ ਉਹਨਾਂ ਦੀ ਰੋਮਾਂਟਿਕ ਜੋੜੀ ਨੇ ਇੱਕ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਸੀਗਾ। ਦਲੀਪ ਕੁਮਾਰ ਠਾਕੁਰਾਂ ਦਾ ਮੁੰਡਾ ਹੁੰਦਾ ਹੈ ਜਿਹਨੂੰ ਇੱਕ ਮਛੁਆਰੇ ਦੀ ਕੁੜੀ ਕਾਮਨੀ ਨਾਲ ਪਿਆਰ ਹੋ ਜਾਂਦਾ ਹੈ। ਦੁਨੀਆ ਉਹਨਾਂ ਦੇ ਪਿਆਰ ਦੀ ਦੁਸ਼ਮਣ ਬਣ ਜਾਂਦੀ ਹੈ, ਦੋਨੋਂ ਧੜੇ ਪ੍ਰੇਮੀਆਂ ਨੂੰ ਮਿਲਣ ਨਹੀਂ ਦਿੰਦੇ ਤੇ ਆਖਰ ਦੇ ਵਿੱਚ ਇਹ ਦੋਨੋਂ ਪ੍ਰੇਮੀ ਨਦੀਆ ਦੀ ਭਵਨ ਦੇ ਵਿੱਚ ਫਸ ਕੇ ਆਪਣੇ ਪ੍ਰਾਣ ਤਿਆਗ ਦਿੰਦੇ ਹਨ। ਕਹਿੰਦੇ ਹੈ ਕਿ ਇਸ ਫਿਲਮ ਦੇ ਦੌਰਾਨ ਦਲੀਪ ਕੁਮਾਰ ਨੂੰ ਕਾਮਨੀ ਕੌਸ਼ਲ ਨਾਲ ਪਿਆਰ ਹੋ ਗਿਆ ਸੀਗਾ। ਇਹ ਉਹਦੀ ਫਸਟ ਫਿਲਮ ਸੀ ਤੇ ਫਸਟ ਸੀਰੀਅਸ ਸੈਟਬੈਕ ਵੀ ਸੀ। ਉਹਨਾਂ ਨੇ ਕਦੇ ਆਪਣੇ ਪਿਆਰ ਦਾ ਜਨ ਤੱਕ ਇਜ਼ਹਾਰ ਨਹੀਂ ਕੀਤਾ ਸੀਗਾ ਕਿਉਂਕਿ ਕਾਮਨੀ ਕੌਸ਼ਲ ਪਹਿਲੇ ਹੀ ਵਿਆਹਤਾ ਸੀ ਤੇ ਉਹ ਇਸ ਪਿਆਰ ਨੂੰ ਅੱਗੇ ਨਹੀਂ ਵਧਾ ਸਕੀ ਤੇ ਉਹਨਾਂ ਦਾ ਪਿਆਰ ਇੱਥੇ ਹੀ ਰਹਿ ਗਿਆ। ਇਸ ਤੋਂ ਬਾਅਦ ਪਗੜੀ ਫਿਲਮ ਬਣੀ ਜਿਹਦੇ ਵਿੱਚ ਫਿਰ ਅਮੀਰ ਤੇ ਗਰੀਬ ਦੀ ਇੱਕ ਟੱਕਰ ਦਿਖਾਈ ਗਈ ਸੀਗੀ। ਮਕਾਨ ਤੇ ਰਹਿਣ ਵਾਸਤੇ ਛੱਤ ਹੋਣ ਵਾਸਤੇ ਉਹਨਾਂ ਨੇ ਸਟਰਗਲ ਕੀਤਾ ਸੀਗਾ। ਇਸ ਫਿਲਮ ਦੇ ਵਿੱਚ ਉਹ ਅਮੀਰ ਬਾਪ ਦੀ ਲੜਕੀ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਦੀ ਹੈ। ਸਾਲ 1949 ਦੀ ਫਿਲਮ ਸ਼ਾਇਰ ਦੇ ਵਿੱਚ ਉਹਦੀ ਜੋੜੀ ਦੇਵਾਨਾ ਨਾਲ ਬਣੀ ਸੀ ਤੇ ਉਹਦੀ ਇੱਕ ਹੋਰ ਕੋ ਹੀਰੋਇਨ ਸੀ ਸੁਰੱਈਆ। ਦੋਨੋਂ ਦੀਪਕ ਨਾਂ ਦੇ ਇੱਕ ਸ਼ਾਇਰ ਨਾਲ ਪਿਆਰ ਕਰਦੀਆਂ ਹਨ। ਅੰਤ ਦੇ ਵਿੱਚ ਸੁਰੱਈਆ ਆਪਣੇ ਪਿਆਰ ਨੂੰ ਕੁਰਬਾਨ ਕਰ ਦਿੰਦੀ ਹੈ ਤੇ ਦੋ ਪ੍ਰੇਮੀ ਇਕੱਠੇ ਹੋ ਜਾਂਦੇ ਹਨ। ਰੀਅਲ ਲਾਈਫ ਦੇ ਵਿੱਚ ਵੀ ਕਾਮਨੀ ਕੌਸ਼ਲ ਨੇ ਦੇਵਾਨੰਦ ਤੇ ਸੁਰੱਈਆ ਦੇ ਅੰਸ ਕਿਵੇਂ ਪ੍ਰੇਮ ਸੰਬੰਧਾਂ ਦੀ ਗਵਾਹ ਬਣੀ ਸੀ, ਉਹ ਉਹਨਾਂ ਦੋਨਾਂ ਦੇ ਪ੍ਰੇਮ ਖਤ ਐਕਸਚੇਂਜ ਕਰਵਾਉਂਦੇ ਸੀ। ਇਸ ਫਿਲਮ ਤੋਂ ਬਾਅਦ ਇੱਕ ਹੋਰ ਫਿਲਮ ਆਈ ਸੀ ਸ਼ਬਨਮ, ਜਿਹਦੇ ਵਿੱਚ ਉਹਨੇ ਇੱਕ ਟੌਮ ਬੋਏ ਦਾ ਰੋਲ ਕੀਤਾ ਸੀਗਾ ਤੇ ਉਹਦੇ ਹੀਰੋ ਸਨ ਦਲੀਪ ਕੁਮਾਰ। ਉਹ ਬਰਮਾ ਦੇ ਰਿਫਿਊਜੀ ਕੈਂਪ ਦੇ ਵਿੱਚ ਹੁੰਦੀ ਹੈ ਤੇ ਬੜੇ ਲਟਕੇ ਝਟਕੇ ਦਿੰਦੀ ਹੈ ਤੇ ਉਹ ਜੀਨ ਟੈਂਟ ਪਾਉਂਦੀ ਹੈਗੀ ਹੈ ਤੇ ਇੱਕ ਗਾਣਾ ਉਸਦੇ ਪਿਕਚਰਾਈਜ਼ ਕੀਤਾ ਗਿਆ ਸੀਗਾ ਇਹ ਦੁਨੀਆ ਰੂਪੀ ਚੋ। ਇਸ ਫਿਲਮ ਦੀ ਹਲਕੀ ਫੁਲਕੀ ਉਹਦੀ ਅਦਾਇਗੀ ਤੋਂ ਬਾਅਦ ਇੱਕ ਹੋਰ ਸੀਰੀਅਸ ਫਿਲਮ ਆਈ ਸੀ ਆਰਜੂ ਅਗਲੇ ਸਾਲ। ਇਸ ਫਿਲਮ ਦੇ ਵਿੱਚ ਵੀ ਉਹਦੇ ਹੀਰੋ ਸਨ ਦਲੀਪ ਕੁਮਾਰ। ਉਹ ਦਲੀਪ ਕੁਮਾਰ ਨੂੰ ਪਿਆਰ ਕਰਦੀ ਹੈ ਪਰ ਘਰ ਵਾਲੇ ਜਦ ਉਹ ਕੋਈ ਕੰਮ ਨਹੀਂ ਕਰਦਾ ਤੇ ਉਹਨੂੰ ਮਿਲਟਰੀ ਦੇ ਵਿੱਚ ਨੌਕਰੀ ਕਰਨ ਵਾਸਤੇ ਭੇਜ ਦਿੰਦੇ ਹਨ। ਇਸੇ ਦੌਰਾਨ ਉਹਦੇ ਘਰ
ਵਾਲੇ ਇੱਕ ਠਾਕੂ ਨਾਲ ਦਾ ਵਿਆਹ ਕਰਦੇ ਹਨ। ਦਲੀਪ ਕੁਮਾਰ ਜਦੋਂ ਕਮਾਈ ਕਰਕੇ ਵਾਪਸ ਘਰ ਆਉਂਦਾ ਹੈ ਤਾਂ ਉਹਨੂੰ ਇੱਕ ਐਸਾ ਝਟਕਾ ਲੱਗਦਾ ਕਿ ਉਹਦੀ ਜਿਹੜੀ ਪ੍ਰੇਮਿਕਾ ਹੈ ਕਾਮਨੀ ਕੌਸ਼ਲ ਸ਼ਾਦੀ ਕਿਸੇ ਨਾਲ ਕਰ ਦਿੱਤੀ ਗਈ ਹੈ ਠਾਕੁਰ ਨਾਲ। ਠਾਕੁਰ ਨੂੰ ਜਦੋਂ ਉਹਨਾਂ ਦੇ ਪ੍ਰੇਮ ਸੰਬੰਧਾਂ ਬਾਰੇ ਪਤਾ ਲੱਗਦਾ ਤਾਂ ਉਹ ਉਹਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਵਿਚਕਾਰ ਕਾਮਨੀ ਕੌਸ਼ਲ ਆ ਕੇ ਆਪਣਾ ਬਲੀਦਾਨ ਦੇ ਦਿੰਦੀ ਹੈ। ਫਿਲਮਾਂ ਵਿੱਚ ਸਫਲ ਅਦਾਇਗੀ ਤੋਂ ਬਾਅਦ ਕਾਮਨੀ ਕੌਸ਼ਲ ਨੇ ਫਿਲਮ ਨਿਰਮਾਣ ਦੇ ਬਾਰੇ ਵੀ ਸੋਚਿਆ। ਉਹਨੇ KAR ਨਾਮ ਦੀ ਇੱਕ ਬੈਨਰ ਬਣਾਇਆ ਤੇ ਇਸ ਬੈਨਰ ਹੇਠ ਉਹਨੇ ਦੋ ਫਿਲਮਾਂ ਦਾ ਨਿਰਮਾਣ ਕੀਤਾ। ਪਹਿਲੀ ਫਿਲਮ ਸੀ ਪੂਨਮ, ਜਿਹੜੀ 1952 ਤੋਂ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਵਿੱਚ ਕਾਮਨੀ ਕੌਸ਼ਲ ਦੇ ਦਿਲਕਸ਼ ਡਾਂਸਿਸ ਸਨ ਤੇ ਸਾਰੇ ਗੀਤ ਲਤਾ ਮੰਗੇਸ਼ਕਰ ਨੇ ਗਾਏ ਸਨ। ਦੂਜੀ ਫਿਲਮ 40 ਬਾਬਾ ਏਕ ਚੋਰ ਦੇ ਵਿੱਚ ਉਹਨੇ ਇੱਕ ਮੇਲ ਟੈਕਸੀ ਡਰਾਈਵਰ ਦਾ ਰੋਲ ਕੀਤਾ ਸੀਗਾ ਜਿਹਦੇ ਉੱਤੇ 40 ਕਿਡਸ ਨੂੰ ਪਾਲਣ ਵਾਸਤੇ ਜ਼ਿੰਮੇਵਾਰੀ ਆ ਜਾਂਦੀ ਹੈ। ਇਹ ਫਿਲਮ ਇੱਕ ਕਾਮੇਡੀ ਫਿਲਮ ਸੀ। ਇਹ ਦੋਨੋਂ ਫਿਲਮਾਂ ਬਾਕਸ ਆਫਿਸ ਤੇ ਕੋਈ ਖਾਸ ਕ੍ਰਿਸ਼ਮਾ ਨਹੀਂ ਕਰ ਸਕੀਆਂ ਤੇ ਇਸ ਕਰਕੇ ਕਾਮਨੀ ਕੌਸ਼ਲ ਇੱਕ ਵਾਰ ਫਿਰ ਆਪਣੇ ਅਦਾਇਗੀ ਦੇ ਖੇਤਰ ਵਿੱਚ ਆ ਗਈ। ਸਾਲ 1953 ਦੀ ਫਿਲਮ ਆਸੂ ਦੇ ਵਿੱਚ ਉਹਨੇ ਇੱਕ ਅਜਿਹੀ ਲੜਕੀ ਦਾ ਰੋਲ ਕੀਤਾ ਸੀਗਾ ਬਚਪਨ ਤੋਂ ਲੈ ਕੇ ਉਹਦੀ ਮੌਤ ਤੱਕ ਦਾ, ਤੇ ਇਹਨੂੰ ਇੰਝ ਜਾਪਿਆ ਜਿਵੇਂ ਆਪਣੇ ਜੀਵਨ ਦਾ ਸਫ਼ਰ ਤੈਅ ਕਰ ਰਹੀ ਹੋਵੇ। 1954 ਦੇ ਵਿੱਚ ਉਹਨੇ ਬਿਮਲ ਦਾਦਾ ਦੀ ਇੱਕ ਨਵੀਂ ਫਿਲਮ ਵਿਰਾਜ ਬਹੂ ਵਿੱਚ ਮੇਨ ਕਰੈਕਟਰ ਕੀਤਾ ਸੀਗਾ। ਕਾਮਨੀ ਕੌਸ਼ਲ ਨੇ ਇਸ ਫਿਲਮ ਕਰਨ ਤੋਂ ਪਹਿਲਾਂ ਵਿਰਾਜ ਬਹੂ ਨਾਟਕ ਨੂੰ ਘੱਟ ਤੋਂ ਘੱਟ 20 ਵਾਰ ਪੜ੍ਹਿਆ ਸੀਗਾ ਤੇ ਉਹ ਇਹਦੇ ਡਾਇਲੌਗ ਬਾਰ ਬਾਰ ਦੁਹਰਾਉਂਦੀ ਸੀ। ਉਹ ਆਪਣੇ ਪਰਿਵਾਰ ਦੀ ਖਾਤਰ ਆਪਣਾ ਜੀਵਨ ਬਲੀਦਾਨ ਕਰ ਦਿੰਦੀ ਹੈ ਤੇ ਸਵਾਮੀ ਦੇ ਚਰਨਾਂ 'ਚ ਅਰਪਣ ਕਰ ਦਿੰਦੀ ਹੈ। ਉਹਦੀ ਸ਼ਾਨਦਾਰ ਐਕਟਿੰਗ ਨੂੰ ਸਲਾਮ ਕਰਦੇ ਹੋਏ ਫਿਲਮਫੇਅਰ ਨੇ ਉਹਨਾਂ ਨੂੰ ਬੈਸਟ ਐਕਟਰਸ ਦਾ ਅਵਾਰਡ ਦਿੱਤਾ ਸੀ। ਸਾਲ 1958 ਦੇ ਵਿੱਚ ਉਹਦੀਆਂ ਦੋ ਕਾਮਯਾਬ ਫਿਲਮਾਂ ਆਈਆਂ ਸਨ, ਜੇਲਰ ਤੇ ਨਾਈਟ ਲਵ। ਜੇਲਰ ਫਿਲਮ ਦੇ ਵਿੱਚ ਉਹਨੇ ਆਪਣੇ ਭਰਾ ਦੇ ਕਾਤਲ ਨੂੰ ਲੱਭਣ ਵਾਸਤੇ ਇੱਕ ਗੂੰਗੇ ਬਹਿਰੇ ਦਾ ਰੋਲ ਕੀਤਾ ਸੀਗਾ। ਉਹਨੇ ਕਲੱਬ ਦੇ ਵਿੱਚ ਇੱਕ ਸ਼ਾਰਪ ਡਾਂਸ ਵੀ ਕੀਤਾ ਸੀਗਾ ਤਾਂ ਜੋ ਆਪਣੇ ਭਰਾ ਦੇ ਕਾਤਲਾਂ ਨੂੰ ਫੜ ਸਕੇ, ਸਬੂਤ ਇਕੱਠਾ ਕਰ ਸਕੇ। ਉਹਦੀ ਮਦਦ ਵਾਸਤੇ ਅਸ਼ੋਕ ਕੁਮਾਰ ਨੇ ਵੀ ਇੱਕ ਬਹਿਰੇ ਦਾ ਰੋਲ ਕੀਤਾ ਸੀ ਉਸ ਫਿਲਮ ਦੇ ਵਿੱਚ ਤੇ ਉਹ ਦੋਨੋਂ ਆਪਣੇ ਕਾਤਲ ਨੂੰ ਪਕੜਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇਲਰ ਫਿਲਮ ਦੇ ਵਿੱਚ ਉਹਦੇ ਹੀਰੋ ਜਿਹੜੇ ਸਨ ਉਹ ਸੌਰਵ ਮੋਦੀ ਹੁੰਦੇ ਹਨ, ਜਿਹੜਾ ਇੱਕ ਬਹੁਤ ਜ਼ਾਲਮ ਕਰੂ ਪਤੀ ਹੁੰਦਾ ਹੈ। ਆਪਣੇ ਪਤੀ ਦੇ ਅੱਤਿਆਚਾਰਾਂ ਨੂੰ ਤੰਗ ਆ ਕੇ ਉਹ ਘਰ ਛੱਡ ਜਾਂਦੀ ਹੈ ਤੇ ਆਪਣੇ ਐਕਸ ਪ੍ਰੇਮੀ ਕੋਲ ਚਲੇ ਜਾਂਦੀ ਹੈ, ਮਾਡਰਨ ਗਰਲ ਦਾ ਰੂਪ ਲੈ ਲੈਂਦੀ ਹੈ। ਉਹ ਦੋਨੋਂ ਇੱਕ ਵਾਰੀ ਜਾ ਰਹੇ ਹੁੰਦੇ ਹਨ ਤੇ ਉਹਨਾਂ ਦੇ ਘਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਡਾਕਟਰ ਰਮੇਸ਼ ਆਪਣੇ ਅੱਖਾਂ ਦੀ ਰੋਸ਼ਨੀ ਗੁਆਨ ਹੁੰਦਾ ਹੈ। ਫਿਰ ਵਾਪਸ ਘਰ ਆਉਂਦੀ ਹੈ ਤੇ ਇਹਨਾਂ ਦੀ ਸਟਰਗਲ ਚੱਲਦੀ ਰਹਿੰਦੀ ਹੈ। ਅੰਤ ਦੇ ਵਿੱਚ ਪ੍ਰੇਮੀ ਫਿਰ ਮਿਲ ਜਾਂਦੇ ਹਨ। ਇਸ ਫਿਲਮ ਦੇ ਵਿੱਚ ਵੀ ਉਹਦੀ ਜਿਹੜੀ ਐਕਟਿੰਗ ਸੀ ਉਹਦੀ ਕਾਫੀ ਤਾਰੀਫ ਹੋਈ ਸੀ। 1959 ਦੇ ਵਿੱਚ ਬੈਂਕ ਮੈਨੇਜਰ ਫਿਲਮ ਤੋਂ ਬਾਅਦ ਉਹਨੇ ਫਿਲਮੀ ਦੁਨੀਆ ਤੋਂ ਇੱਕ ਵਾਰ ਕਿਨਾਰਾ ਕਰ ਲਿੱਤਾ। 4 ਸਾਲਾਂ ਬਾਅਦ ਉਹਨੇ ਫਿਰ ਦੁਬਾਰਾ ਐਂਟਰੀ ਕੀਤੀ ਫਿਲਮ ਗੋਦਾਨ ਰਾਹੀਂ। ਇਸ ਫਿਲਮ ਦੇ ਵਿੱਚ ਉਹਨੇ ਮੁਨਸ਼ੀ ਪ੍ਰੇਮਚੰਦ ਦੇ ਨਾਟਕ ਦੇ ਵਿੱਚ ਕਨੀਆ ਦਾ ਇੱਕ ਰੋਲ ਕੀਤਾ ਸੀਗਾ, ਉਹੀ ਰੋਲ ਵੀ ਇੱਥੇ ਦੁਹਰਾਇਆ ਗਿਆ ਸੀਗਾ ਤੇ ਇੱਕ ਸ਼ਾਨਦਾਰ ਉਹਨੇ ਅਦਾਇਗੀ ਦੀ ਮਿਸਾਲ ਪੇਸ਼ ਕੀਤੀ ਸੀ। ਇਸ ਫਿਲਮ ਦੇ ਨਾਲ ਉਹਨੇ 33 ਫਿਲਮਾਂ ਦੇ ਵਿੱਚ ਤਕਰੀਬਨ ਬਤੌਰ ਹੀਰੋਇਨ ਰੋਲ ਕਰਕੇ ਫਿਲਮੀ ਦੁਨੀਆ ਤੋਂ ਸੰਨਿਆਸ ਲੈ ਲਿਆ। ਮਨੋਜ ਕੁਮਾਰ ਨੇ ਜਦੋਂ ਆਪਣੀ ਫਿਲਮ ਸ਼ਹੀਦ ਬਣਾਈ ਤਾਂ ਉਹਨੇ ਭਗਤ ਸਿੰਘ ਦੇ ਮਾਨ ਦੇ ਰੋਲ ਵਾਸਤੇ ਕਾਮਨੀ ਕੌਸ਼ਲ ਨੂੰ ਅਪਰੋਚ ਕੀਤਾ ਤੇ ਉਹ ਐਗਰੀ ਕਰ ਗਈ ਦੁਬਾਰਾ ਫਿਲਮ ਵਿੱਚ ਆਉਣ ਵਾਸਤੇ। ਉਹਦੀ ਸੈਕੰਡ ਇਨਿੰਗ ਜਿਹੜੀ ਸੀਗੀ ਬੜੀ ਧਮਾਕੇਦਾਰ ਐਂਟਰੀ ਨਾਲ ਹੋਈ। ਫਿਲਮ ਸ਼ਹੀਦ ਦੇ ਵਿੱਚ ਭਗਤ ਸਿੰਘ ਦੀ ਮਾਂ ਦਾ ਕਿਰਦਾਰ ਉਹਨੇ ਲਾਈਵ ਕਰ ਦਿੱਤਾ ਸੀਗਾ। ਜਦੋਂ ਇਹ ਫਿਲਮ ਰਿਲੀਜ਼ ਹੋਈ ਤੇ ਭਗਤ ਸਿੰਘ ਦੀ ਮਾਤਾ ਜੀ ਵਿਦਿਆਪਤੀ ਨੇ ਫਿਲਮ ਦੇਖੀ ਤਾਂ ਉਹ ਵੀ ਕਾਮਨੀ ਕੌਸ਼ਲ ਦੀ ਪ੍ਰਸ਼ੰਸਾ ਕਰਨ ਤੋਂ ਨਹੀਂ ਰੁਕ ਸਕੀ। ਇਸ ਤੋਂ ਬਾਅਦ ਮਨੋਜ ਕੁਮਾਰ ਦੀਆਂ ਜਿੰਨੀਆਂ ਵੀ ਫਿਲਮਾਂ ਆਈਆਂ ਉਹਨਾਂ ਦੇ ਵਿੱਚ ਉਹਨੇ ਕਾਮਨੀ ਕੌਸ਼ਲ ਨੂੰ ਆਪਣੀ ਮਾਂ ਦੇ ਰੋਲ ਦੇ ਵਿੱਚ ਹੀ ਪੇਸ਼ ਕੀਤਾ ਸੀਗਾ। ਭਾਵੇਂ ਉਹ ਸ਼ੋਰ, ਰੋਟੀ ਕੱਪੜਾ ਔਰ ਮਕਾਨ, ਪੂਰਬ ਪਸ਼ਚਿਮ ਜਾਂ ਕੋਈ ਹੋਰ ਫਿਲਮ ਸੀਗੀ, 1976 ਤੱਕ ਕਾਮਯਾਬ ਦੇ ਸੰਨਿਆਸੀ ਫਿਲਮ ਤੱਕ ਉਹਨੇ ਆਪਣੀ ਮਾਂ ਦਾ ਰੋਲ ਕਾਮਨੀ ਕੌਸ਼ਲ ਨੂੰ ਹੀ ਦਿੱਤਾ ਸੀ। ਕਾਮਨੀ ਕੌਸ਼ਲ ਹੁਣ ਤ੍ਰਿਤਰ ਭੂਮਿਕਾ ਹੀ ਨਿਭਾਉਂਦੀ ਸੀ, ਚਾਹੇ ਉਹ ਮਾਂ ਦੀ ਹੋਵੇ ਜਾਂ ਭਾਬੀ ਦੀ। ਉਹਦੀਆਂ ਮਸ਼ਹੂਰ ਫਿਲਮਾਂ ਦੇ ਵਿੱਚ ਦੋ ਰਾਸਤੇ, ਵਿਸ਼ਵਾਸ, ਹਮਸ਼ਕਲ ਵਗੈਰਾ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹਨੇ ਇੱਕ ਲੀਕ ਤੋਂ ਹਟ ਕੇ ਵੀ ਰੋਲ ਕੀਤੇ ਸਨ, ਫਿਲਮ ਸੀ ਅਨਹੋਣੀ। ਇਹਦੇ ਵਿੱਚ ਉਹਨੇ ਇੱਕ ਵਿਅੰਤ ਦਾ ਰੋਲ ਕੀਤਾ ਸੀਗਾ। ਉਹ ਲੀਨਾ ਚੰਦਰ ਵਾਕਰ ਦੀ ਸੁਤੇਲੀ ਮਾਂ ਬਣਦੀ ਹੈ, ਮਿਸਿਸ ਰਾਏ ਬਹਾਦੁਰ, ਤੇ ਆਪਣੇ ਪਤੀ ਦਾ ਕਤਲ ਕਰਦੀ ਹੈ, ਬੜੀ ਹੁਸ਼ਿਆਰੀ ਨਾਲ ਬਚ ਜਾਂਦੀ ਹੈ, ਪਰ ਆਖਿਰ ਦੇ ਵਿੱਚ ਸੰਜੀਵ ਕੁਮਾਰ ਉਸਦੇ ਇਸ ਰਾਜ ਤੋਂ ਪਰਦਾ ਉਠਾ ਦਿੰਦਾ ਹੈ। ਫਿਲਮ ਆਪਣੇ ਰੰਗ ਹਜ਼ਾਰ ਜਿਹੜੀ 1975 ਤੇ ਰਿਲੀਜ਼ ਹੋਈ ਸੀ ਉਹਦੇ ਵਿੱਚ ਉਹਨੇ ਇੱਕ ਬਹੁਤ ਹੀ ਵਧੀਆ ਰੋਲ ਕੀਤਾ ਸੀਗਾ। ਉਹ ਲੀਨਾ ਚੰਦਰ ਵਾਕਰ ਨੂੰ ਇੰਗਲਿਸ਼, ਦੇਸੀ ਤੇ ਦੂਜੇ ਡਾਂਸ ਸਿਖਾਉਂਦੀ ਹੋਈ ਨਜ਼ਰ ਆਉਂਦੀ ਹੈ। ਕਾਮਨੀ ਕੌਸ਼ਲ ਨੇ ਹਿੰਦੀ ਫਿਲਮਾਂ
ਤੋਂ ਇਲਾਵਾ ਪੰਜਾਬੀ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਪਹਿਲੀ ਫਿਲਮ ਸੀ ਸ਼ੇਰਨੀ, ਜਿਹੜੀ 1973 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਵਿੱਚ ਉਹ ਸ਼ੋਮੈਨ ਸੁਭਾਸ਼ ਘਈ ਦੀ ਮਾਂ ਬਣੀ ਸੀ। ਦੂਜੀ ਫਿਲਮ ਸੀ ਸਤਿ ਸ਼੍ਰੀ ਅਕਾਲ, ਜਿਹਦਾ ਹਿੰਦੀ ਰੂਪਾਂਤਰ ਗਿਆਨੀ ਜੀ ਸੀ। ਇਸ ਫਿਲਮ ਦੇ ਵਿੱਚ ਉਹਨੇ ਐਕਟਿੰਗ ਕਰਨ ਤੋਂ ਇਲਾਵਾ ਹੋਰ ਵੀ ਬੜਾ ਕੰਟਰੀਬਿਊਸ਼ਨ ਦਿੱਤਾ ਸੀਗਾ, ਜਿਵੇਂ ਉਹ ਇਸ ਫਿਲਮ ਦੀ ਪ੍ਰੋਡਕਸ਼ਨ ਮੈਨੇਜਰ ਵੀ ਬਣੀ ਸੀ। ਇਸ ਫਿਲਮ ਦੇ ਵਿੱਚ ਉਹਨੇ ਅਸਿਸਟੈਂਟ ਮਿਊਜ਼ਿਕ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਸੀਗਾ ਤੇ ਉਹਨੇ ਪਲੇਬੈਕ ਸਿੰਗਿੰਗ ਵੀ ਕੀਤੀ ਸੀ। ਇਸ ਫਿਲਮ ਦੇ ਵਿੱਚ ਉਹਦੇ ਰੋਲ ਦੀ ਕਾਫੀ ਪ੍ਰਸ਼ੰਸਾ ਹੋਈ ਸੀ ਤੇ ਪੰਜਾਬੀ ਦਰਸ਼ਕਾਂ ਨੇ ਉਹਨੂੰ ਬਹੁਤ ਪਸੰਦ ਕੀਤਾ ਸੀਗਾ। ਹਾਲ ਦੇ ਵਾਰਾਂ ਦੇ ਵਿੱਚ ਕਾਮਨੀ ਕੌਸ਼ਲ ਫਿਰ ਵੱਡੇ ਪਰਦੇ ਤੇ ਨਜ਼ਰ ਆਈ ਸੀ ਤੇ 2013 ਦੀ ਫਿਲਮ ਚੇਨਈ ਐਕਸਪ੍ਰੈਸ ਦੇ ਵਿੱਚ ਉਹਨੇ ਗ੍ਰੈਂਡ ਮਦਰ ਦਾ ਰੋਲ ਕੀਤਾ ਸੀਗਾ ਤੇ 2019 ਦੀ ਫਿਲਮ ਕਬੀਰ ਸਿੰਘ ਦੇ ਵਿੱਚ ਇੱਕ ਵਾਰ ਫਿਰ ਉਹ ਦਾਦੀ ਦੇ ਰੋਲ ਦੇ ਵਿੱਚ ਨਜ਼ਰ ਆਈ ਸੀ। ਇਸ ਤਰ੍ਹਾਂ 92-93 ਸਾਲ ਦੀ ਉਮਰ ਦੇ ਵਿੱਚ ਐਕਟਿੰਗ ਕਰਨ ਵਾਲੀ ਉਹ ਸ਼ਾਇਦ ਦੁਨੀਆ ਦੀ ਪਹਿਲੀ ਕਲਾਕਾਰ ਹੈ ਜਿਹਨੇ ਇਹ ਰਿਕਾਰਡ ਕਾਇਮ ਕੀਤਾ ਹੈ। ਲੱਗਦਾ ਹੈ ਕਿ ਇਸ ਰਿਕਾਰਡ ਨੂੰ ਸ਼ਾਇਦ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੋੜਨ ਵਿੱਚ ਕਾਮਯਾਬ ਹੋਣ। ਕਾਮਨੀ ਕੌਸ਼ਲ ਨੇ ਵੱਡੇ ਪਰਦੇ ਤੋਂ ਇਲਾਵਾ ਛੋਟੇ ਪਰਦੇ ਉੱਤੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਸੀ, ਜਿਵੇਂ ਛੰਨੂ ਕੀ ਸ਼ਾਦੀ, ਵਕਤੀ ਰਫ਼ਤਾਰ ਵਗੈਰਾ 'ਚ ਕੰਮ ਕੀਤਾ ਸੀ। ਉਹਨੇ ਬ੍ਰਿਟਿਸ਼ ਟੀਵੀ ਸੀਰੀਅਲ ਦ ਜਿਊਲ ਇਨ ਦਾ ਕਰਾਊਨ ਦੇ ਵਿੱਚ ਆਂਟੀ ਸ਼ਾਲਨੀ ਦੀ ਭੂਮਿਕਾ ਨਿਭਾਈ ਸੀ। ਉਹਨੇ ਦੂਰਦਰਸ਼ਨ ਵਾਸਤੇ ਕਈ ਪਪੇਟਰੀ ਸ਼ੋ ਜਿਵੇਂ ਚਾਂਦ ਸਿਤਾਰੇ, ਚੰਨਾ ਮਾਮਾ, ਚਾਟ ਪਾਣੀ ਵਗੈਰਾ ਤਿਆਰ ਕੀਤੇ ਸਨ। ਉਹਨੇ ਫਿਲਮ ਡਿਵੀਜ਼ਨ ਦੀ ਇੱਕ ਫਿਲਮ ਮੇਰੀ ਪਰੀ ਵੀ ਡਾਇਰੈਕਟ ਕੀਤੀ ਸੀ। ਉਸ ਨੂੰ ਕਈ ਸਾਲਾਂ ਤੱਕ ਚਿਲਡਰਨ ਫਿਲਮ ਸੁਸਾਇਟੀ ਦਾ ਚੇਅਰਪਰਸਨ ਵੀ ਬਣਾਇਆ ਗਿਆ ਸੀਗਾ। ਕਾਮਨੀ ਕੌਸ਼ਲ ਬੱਚਿਆਂ ਵਾਸਤੇ ਹਮੇਸ਼ਾ ਲਿਖਦੀ ਰਹਿੰਦੀ ਸੀ ਤੇ ਉਹਨੇ ਪ੍ਰਾਗ ਮੈਗਜ਼ੀਨ ਦੇ ਵਿੱਚ 15 ਸਾਲਾਂ ਤੱਕ ਬੱਚਿਆਂ ਦੀਆਂ ਕਹਾਣੀਆਂ ਲਿਖੀਆਂ ਸਨ। ਉਹਦੇ ਸਿਨੇਮਾ ਪ੍ਰਤੀ ਕੰਟਰੀਬਿਊਸ਼ਨ ਦੇਦੇ ਹੋਏ ਫਿਲਮਫੇਅਰ ਨੇ ਸਾਲ 2015 ਦੇ ਵਿੱਚ ਉਹਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਸੀ। ਕਿੰਨੀ ਅਫਸੋਸ ਦੀ ਗੱਲ ਹੈ ਕਿ ਕਾਮਨੀ ਕੌਸ਼ਲ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਅਵਾਰਡ ਦੇਣ ਬਾਰੇ ਨਹੀਂ ਸੋਚਿਆ ਤੇ ਇੰਡਸਟਰੀ ਵੀ ਉਹਨੂੰ ਭੁੱਲ ਗਈ ਹੈ। ਉਹਨੇ ਭਾਰਤੀ ਸਿਨੇਮਾ ਦੇ ਵਿੱਚ ਅਮੁੱਲ ਯੋਗਦਾਨ ਪਾਇਆ ਤੇ ਉਹਦੇ ਇਸ ਯੋਗਦਾਨ ਨੂੰ ਸਨਮਾਨਿਤ ਕਰਨਾ ਸਾਡਾ ਆਪਣਾ ਸਨਮਾਨ ਹੈ। ਮੈਂ ਇਹ ਸਮਝਦਾ ਤੇ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਉਚਿਤ ਸਨਮਾਨਿਤ ਕੀਤਾ ਜਾਵੇ। ਹਾਲਾਂਕਿ ਕਾਮਨੀ ਕੌਸ਼ਲ ਨੂੰ ਅਵਾਰਡ ਨਾ ਮਿਲਣ ਤੇ ਕੋਈ ਅਫਸੋਸ ਦੁੱਖ ਨਹੀਂ ਹੈ। ਉਹ ਤਾਂ ਆਪਣੀ ਗੁੱਡੇ ਗੁੱਡੀਆਂ ਤੇ ਕਠਪੁਤਲੀਆਂ ਦੀ ਦੁਨੀਆਂ ਦੇ ਵਿੱਚ ਵਿਚਰਦੀ ਹੈ। ਉਹਨੇ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ ਹਨ ਤੇ ਵਿਸ਼ਵ ਭਰ ਦੇ ਲੀਡਰਾਂ ਨਾਲ ਮੁਲਾਕਾਤਾਂ ਕੀਤੀਆਂ ਹਨ। ਉਹ ਅੱਜ ਵੀ ਪੇੜਾਂ, ਰੁੱਖਾਂ, ਪੰਛੀਆਂ, ਕਠਪੁਤਲੀਆਂ, ਗੁੱਡੇ ਗੁੱਡੀਆਂ ਦੇ ਨਾਲ ਸ਼ੌਕ ਬਣਾਏ ਰੱਖੇ ਹੋਏ ਹੈ ਤੇ ਜ਼ਿੰਦਾ ਦਿਲ ਦੀ ਮਿਸਾਲ ਹੈ। ਦਰਸ਼ਕੋ, ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਵੇਲੇ ਸਿਰ ਨਵੀਂ ਪੋਸਟ ਦੇ ਬਾਰੇ ਪਤਾ ਚੱਲ ਸਕੇ। ਥੈਂਕ ਯੂ।